ਆਸਾ ਇਤੀ ਆਸ ਕੀ ਆਸ ਪੁਰਾਇਆ ਹੇ ਸਹਿਦਿਏ ਮੇਰੇ ਅੰਦਰ ਇਤਨੀ ਕੋਤਾਗ ਬਣੀ ਰਹਿੰਦੀ ਹੈ ਕਿ ਪ੍ਰਭੂ ਮਿਲਾਪ ਦੀ ਮੇਰੀ ਆਸ ਪੂਰੀ ਹੋ ਜਾਏ ਸਤ ਗੁਰ ਭੇ ਦਿਆਲ ਤਾ ਪੂਰਾ ਪਾਈਐ ਪਰ ਸਰਬ ਗੁਣ ਪਰਪੂਰ ਪ੍ਰਭੂ ਤਦੋ ਮਿਲਦਾ ਹੈ ਜਦੋ ਗੁਰੂ ਤੇ ਆਵਾਰ ਹੋਵੇ ਮੈਂ ਧਨ ਅਵਗਨ ਬਹੁਤ ਕੇ ਅਵਗਨ ਛਾਇਆ हे सहेली मेरे शरीर विच इतने अधिक औगुण हन के मेरा आपा औगणा नाल टकया रहंदा है हरियां सतगुरू भए दयाल ता मन ठहराया पर जदौ गुरु दयावान हुंदा है तदौ मन विकारा वाला डोलणो हट जांदा है कहो नानक बेअंत बेअंत ते आया दोतर एहो संसार सतगुरु तराया हे नानक आक हे सहेलिए इस संसार समुंदर तो पार लंगड़ा बहुत ਔਖਾ ਹੈ ਪਰ ਜਿਸ ਮਨੁਖ ਨੇ ਬੇਅੰਤ ਪਰਮਾਤਮਾ ਦਾ ਨਾਮ ਸੇ ਮੜਨਾ ਸ਼ੁਰੂ ਕਰ ਦਿੱਤਾ ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ ਮਟਿਆ ਆਵਾ ਗਾਉਣ ਜਾ ਪੂਰਾ ਪਾਇਆ ਅਤੇ ਜਦ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਉਸ ਦਾ ਜਨਮਰ ਅੰਦਾ ਕੇੜ ਵੀ ਮੁੱਕ ਗਿਆ ਹਰਿਆ ਅਮਰਤ ਹਰਕਾਰ ਨਾਮ ਸਤ ਗੁਰ ਤੇ ਪਾਇਆ हे ਸਹੇਲਿਏ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ ਹੀ ਮਿਲਦਾ ਹੈ ਮੇਰਾ ਹੱਥ ਪਦਮ ਆਗਨ ਸੋਖ ਬਾਸਨਾ ਹੁਣ ਮੇਰੇ ਹੱਥ ਵਿੱਚ ਕੋਲ ਫੁੱਲ ਦੀ ਰੇਖਾ ਪਣ ਪਈ ਹੈ ਮੇਰੇ ਭਾਗ ਜਾਗ ਪਏ ਹਨ ਮੇਰੇ ਹਿੱਡੇ ਤੇ ਵੇੜੇ ਵਿੱਚ ਆਤਮਕ ਆਨੰਦ ਦੀ ਸੁਗੰਧੀ ਖਿਲਰੀ ਜਾਂਦੀ ਹੈ ਸਖੀ ਮੇਰੋ ਕੰਠ ਰਤਨ ਭੇਖ ਦੁਖ ਨਾਸਨਾ हे ਸਹੇਲੀਏ ਮੇਰੇ ਗਲੇ ਵਿੱਚ ਰਤਨ ਲਟਕ ਰਿਹਾ ਹੈ ਮੇਰੇ ਗਲ ਵਿੱਚ ਨਾਮ ਰਤਨ ਪਰੋਤਾ ਗਿਆ ਹੈ ਜਿਸ ਨੂੰ ਵੇਖ ਕੇ ਹਰੇਕ ਦੁੱਖ ਦੂਰ ਹੋ ਗਿਆ ਹੈ ਬਾਸੋ ਸੰਗ ਗੋਪਾਲ ਸਗਲ ਸੋਖ ਰਾਸ ਹਾਰ ਜਿਹੜਾ ਪਰਮਾਤਮਾ ਸਾਰੇ ਸੁੱਖਾ ਦਾ ਸੋਮਾ ਹੈ ਗੁਰੂ ਦੀ ਮਿਹਰ ਦੇ ਸਦਕਾ ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ ਸਦਾ ਵਸਦੀ ਹਾਂ ਹਰੇ ਹਾਂ ਰਿੱਧ ਸਿੱਧ ਨਵ ਨੇਧ ਬਸੈ ਜਿਸ ਦਾ ਸਦਾ ਕਾਰ ਹੈ ਸਹੇਲੀਏ ਜਿਸ ਪਰਮਾਤਮਾ ਦੇ ਹੱਥ ਵਿੱਚ ਸਾਰੀਆਂ ਆਤਮਕ ਤਾਕਤਾਂ ਅਤੇ ਧਰਤੀ ਦੇ ਸਾਰੇ ਨੋਖ ਜਾਣੇ ਸਦਾ ਟਿੱਕੇ ਰਹਿੰਦੇ ਹਨ ਭਾਤ ਰਿ ਇਹ 라ਵਨ ਜਾਹੇ ਸੇਤਾ ਲਾ ਜਿਆ ਹੈ। हे ਭਾਈ ਜਿਹੜੇ ਮਨੁੱਖ ਪਰਾਇ स्त्री ਭੋਗਣ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਜ਼ਰੂਰ ਸ਼ਰਮਸਾਰ ਹੁੰਦੇ ਹਨ। ਨਿਤ ਪ੍ਰਤ ਹਿਰੈ ਪਰ ਦਰਬ ਛੇਦਰ ਕਤ ਢਾਕੀਅ ਹੈ। ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਉਂਦੇ ਰਹਿੰਦੇ ਹਨ। हे ਭਾਈ ਉਹਨਾਂ ਦੇ ਇਹੋ ਕਰਮ ਕਿੱਥੇ ਲੁਕੇ ਰਹਿ ਸਕਦੇ ਹਨ। ਪਰਮਾਤਮਾ ਸਭ ਕੁਝ ਵੇਖ ਰਿਹਾ ਹੈ। ਹਰ ਗੁਣ ਰਾਮਾਤ ਪਵਿੱਤਰ ਸਗਲ ਕੋ ਲਤਾ ਰਈ ਏ ਭਾਈ ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ ਆਪ ਸੋਚੇ ਜੀਵਨ ਵਾਲਾ ਬਣ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਹਰੇ ਹਾਂ ਸੁਣ ਤੇ ਭੇ ਪੁਨੀਤ ਪਾਰ ਬ੍ਰਹਮ ਵਿਚਾਰਈ ਜਿਹੜੇ ਮਨੁੱਖ ਪਰਮਾਤਮਾ ਦੀ ਸੇਰਸਲਾ ਸੁਣਦੇ ਹਨ ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉੱਪਰ ਬਣਿਆ ਆਕਾਸ ਤਲੈ ਧਰ ਸੋਹਤੀ 헤 ਸਹੇਲਿਏ ਉਤਾ ਤਾਰਿਆ ਆਦਿਕ ਨਾਲ ਆਕਾਸ ਫਵਰਿਆ ਹੈ ਹੇਠ ਪੈਰਾ ਵਾਲੇ ਪਾਸੇ ਹਰਿਆਵਲਾ ਆਦਿਕ ਨਾਲ ਧਰਤੀ ਸਾਜ ਰਹੀ ਹੈ ਦੈ ਇਸ ਚਮਕਾ ਬਿਜਲ ਮੁਖ ਕੋ ਜੋ ਹਤੀ ਦਸੇ ਪਾਸੇ ਬਿਜਲੀ ਚਮਕ ਰਹੀ ਹੈ ਮੂੰਹ ਉਤੇ ਲਿਸ਼ਕਾਰੇ ਮਾਰ ਰਹੀ ਹੈ ਰੱਬੀ ਜੋ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ ਕੋਜਤ ਫਿਰੋ ਬਿਦੇਸ ਪੀਓ ਕਤ ਪਾਈਏ ਪਰ ਮੈਂ ਉਸ ਦੇ ਇਸ ਸਰਗੁਣ ਸਰੂਪ ਦੀ ਕਦਰ ਨਾ ਸਮਝ ਕੇ ਪਰਦੇਸ ਵਿੱਚ ਜੰਗਲ ਆਦਿਕ ਵਿੱਚ ਢੋਂਡਦੀ ਫਿਰਦੀ ਹਾਂ ਕਿ ਪ੍ਰੀਤਮ ਪ੍ਰਭੂ ਕਿਤੇ ਲਾਪੇ ਹਰੇ ਹਾਂ ਜੇ ਮस्तक ਹੋਵੇ ਭਾਗ ਤਾਂ ਦਰਸਾ ਸਮਾਈਐ ਹੇ ਸਹੇਲਿਏ ਜੇ ਮਥੇ ਉਤੇ ਭਾਗ ਜਾਗ ਪਏ ਤਾਂ ਹਰ ਥਾਂ ਹੀ ਉਸ ਦੇ ਦیدار ਵਿੱਚ ਲੀਨ ਹੋ ਸਕੀਦਾ ਹੈ ਡੱਠੇ ਸਬੇ ਥਾਵ ਨਹੀਂ ਤੁਦ ਜਿਹਿਆ ਹੇ ਰਾਮ ਦੇ ਦਾਸਾਂ ਦੇ ਸ਼ਹਿਰ ਮੈਂ ਹੋਰ ਸਾਰੇ ਥਾਂ ਵੇਖ ਲੇ ਹਾਂ ਭਾਰਤੀ ਰੇ ਬਰਾਬਰ ਦਾ ਮੈਨੂੰ ਕੋਈ ਨਹੀਂ ਦਿਸਿਆ ਵਾਦੋ ਪੁਰ ਕਬੀਦਾਤਾ ਤਾ ਤੂ ਸੋਹਿਆ ਹੈ ਰਾਮ ਦੇ ਦਾਸਾ ਦੇ ਸ਼ਹਿਰ ਹੈ ਸਤ ਸੰਗ ਤੇਰੀ ਨਹੀਂ ਅਕਾਲ ਪੁਰਖ ਸਿਰਜਨ ਹਾਰਨੇ ਆਪ ਰੱਖੀ ਹੋਈ ਹੈ ਇਸ ਵਾਸਤੇ ਤੂੰ ਉਸ ਦੇ ਆਤਮਿਕ ਗੁਨਾ ਦੀ ਬਰਕਤ ਨਾਲ ਸੋਣਾ ਤਿਸਦਾ ਰਿਹਾ ਹੈ ਵਾਸਦੀ ਸਗਨ ਆਪਾਰ ਅਨੂਪ ਰਾਮਦਾਸ ਪੁਰ ਹੈ ਰਾਮ ਦੇ ਦਾਸਾਂ ਦੇ ਸ਼ਹਿਰ ਹੈ ਸਤ ਸੰਗ ਤੇਰੇ ਅੰਦਰ ਉੱਚੇ ਆਤਮਕ ਗੁਣਾ ਦੀ ਵਸੋਂ ਬਹੁਤ ਸੰਗਣੀ ਹੈ ਬੇਅੰਤ ਹੈ ਬੇਮਿਸਾਲ ਹੈ ਹਰਿਆਣ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਏ ਨਾਨਕ ਆਖ ਏ ਰਾਮਦੇ ਦਾਸਾ ਦੇ ਸਰੋਵਰ ਏ ਸਤ ਸੰਗ ਤੇਰੇ ਵਿੱਚ ਆਤਮਕ ਇਸ਼ਨਾਨ ਕੀਤੇਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਚਾਤਰੇ ਕ ਚਿੱਤ ਸੁਚੇਤ ਸੋਸਾ ਜਨ ਚਾਹੀਏ। ਏ ਭਾਈ ਪਪੀਹੇ ਵਾਂਗ ਸੁਚੇਤ ਚਿੱਤ ਹੋਕੇ ਉਸ ਸੱਜਣ ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ। ਜਿਸ ਸੰਗ ਲਾਗੇ ਪ੍ਰਾਣ ਤੇ ਸੈ ਕੋ ਆਹੀਏ। ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ ਉਸੇ ਨੂੰ ਹੀ ਮਿਲਨ ਦੀ ਤਾਂਗ ਕਰਨੀ ਚਾਹੀਦੀ ਹੈ। ਬਨ ਬਨ ਫਿਰ ਤ ਉਦਾਸ ਬੂੰਦ ਜਲ ਕਾਰਣੇ ਹੇ ਭਾਈ ਵੇਖ ਪਪੀਹਾ ਵਰਖਾ ਦੇ ਪਾਣੀ ਦੀ ਇੱਕ ਬੂੰਦ ਵਾਸਤੇ ਦਰਿਆਵਾਂ ਟੋਬਿਆਂ ਦੇ ਪਾਣੀ ਵੱਲੋਂ ਉਪਰਾਮ ਹੋ ਕੇ ਜੰਗਲ ਜੰਗਲ ਟੋੜਦਾ ਫਿਰਦਾ ਹੈ ਹਰੇ ਹਾਂ ਤ्यों ਹਰ ਜਨ ਮੰਗੈ ਨਾਮ ਨਾਨਕ ਪਲਹਾਰਣੇ ਹੇ ਨਾਨਕ ਆਖ ਜਿਹੜਾ ਪ੍ਰਭੂ ਦਾ ਸੇਵਕ ਪਪੀਹੇ ਵਾਂਗ ਪਰਮਾਤਮਾ ਦਾ ਨਾਮ ਮੰਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਮੇ ਤਕਾ ਚਿੱਤ ਅਨੋਪ ਮਰਮਣਾ ਚਾਨੀਐ ਹੇ ਭਾਈ ਪਰਮਾਤਮਾ ਮਿੱਤਰ ਦਾ ਚਿੱਤ ਹਤ ਸੋਣਾ ਹੈ ਉਸ ਦਾ ਪੇਤ ਨਹੀਂ ਜਾਣਿਆ ਜਾ ਸਕਦਾ ਗਾਹਕ ਗੁਣੀ ਅਪਾਰ ਸੋ ਤਤ ਪਛਾਣੀਐ ਪਰ ਉਸ ਬੇਅੰਤ ਪ੍ਰਭੂ ਦੇ ਗੁਣਾ ਦੇ ਗਾਹਕ ਸੰਤ ਜਨਾ ਦੇ ਰਾਹੀ ਉਹ ਪੇਤ ਸਮਝ ਲੈਈਦਾ ਹੈ ਚਿਤੈ ਚਿਤ ਸਮਾਏ ਤਾ ਹੋਵੇ ਰੰਗ ਕਣਾ ਉਹ ਪੇਥ ਇਹ ਹੈ ਕਿ ਜੇ ਉਸ ਪਰਮਾਤਮਾ ਦੇ ਚਿੱਤ ਵਿੱਚ ਮਨੁੱਖ ਦਾ ਚਿੱਤ ਲੀਨ ਹੋ ਜਾਏ ਤਾਂ ਮਨੁੱਖ ਦੇ ਅੰਦਰ ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ ਹਰੇ ਹਾਂ ਚੰਚਲ ਚੋਰ ਹੈ ਮਾਰ ਤਾਂ ਪਾਵੇ ਸਚ ਤਨਾ ਸੋ へ ਪਾਈ ਜੇ ਤੂੰ ਪ੍ਰਭੂ ਦੇ ਚਿੱਤ ਵਿੱਚ ਲੀਨ ਕਰਕੇ ਇਸ ਸਦਾ ਭਟਕਦੇ ਮਨ ਚੋਰ ਨੂੰ ਚੰਚੰਤਾ ਵੱਲੋਂ ਮਾਰ ਲੇ ਤਾ ਤੋ ਸਦਾ ਕਾਇਮ ਰਹਿਣ ਵਾਲਾ ਨਾਮ ਧਨ ਹਾਸਲ ਕਰ ਲੇਗਾ ਸਪਨੇ ਉਹ ਵੀ ਪਈ ਗਹਿਓ ਕੀਨਾ ਅੰਜਲਾ हे ਸਹੇਲिए ਸਪਨੇ ਵਿੱਚ ਪ੍ਰਭੂਪਤੀ ਨੂੰ ਵੇਖ ਕੇ ਮੈਂ ਉੱਠ ਖਲੋਤੀ ਪਰ ਮੈਂ ਉਸ ਦਾ ਪੱਲਾ ਨਾ ਫੜ ਸਕੀ ਸੁੰਦਰ ਪੁਰਖ ਬਿਰਾਜਤ ਭੇਕ ਮਨ ਬੰਜਲਾ ਮੈਂ ਉਸ ਦਾ ਪੱਲਾ ਕਿਉਂ ਨਾ ਫੜਿਆ ਇਸ ਵਾਸਤੇ ਨਾ ਫੜ ਸਕੀ ਕਿ ਉਸ ਸੋਨੇ दग ਤੱਕ ਕਰਦੇ ਪ੍ਰਭੂ ਪਤੀ ਨੂੰ ਵੇਕੇ ਮੇਰਾ ਮਾਨ ਮੋਹਿਆ ਗਿਆ ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾ ਰਹੀ ਖੋਜੋ ਤਾਂ ਕੇ ਚਰਣਾ ਕਹੋ ਕਤ ਪਾਈਐ ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ ਹਰਿ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਯੋ ਪਾਈਐ ਤਸੋ ਹੇ ਸਹੇਲੀਏ ਓ ਕਿਵੇਂ ਮਿਲੇ ਹੇ ਸਹੇਲੀਏ ਮੈਨੋ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ਨੈਣ ਨਾ ਦੇਖੇ ਸਾਦ ਸੇ ਨੈਣ ਬਿਹਾਲ ਲਿਆ ਹੇ ਸਹੇਲੀਏ ਜਿਹੜੀਆਂ ਅੱਖਾਂ ਸਤ ਸੰਗੀਆਂ ਦੇ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ-ਤੱਕ ਕੇ ਬੇਹਾਲ ਹੋਈਆਂ ਰਹਿੰਦੀਆਂ ਹਨ ਕਰਣ ਨਾ ਸੁਨਹੀ ਨਾਦ ਕਰਨ ਮੁੰਦ ਕਾਲਿਆ ਜਿਹੜੇ ਕੰਨ ਪਰਮਾਤਮਾ ਦੀ ਸਿਰਸਲਾ ਨਹੀਂ ਸੁਣਦੇ ਉਹ ਕੰਨ ਆਤਮਕ ਆਨੰਦ ਦੀ ਧੁਨੀ ਸੁਣਨ ਵੱਲੋਂ ਬਾੰਦ ਕੇ ਤੇ ਪੇਹਾਂ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਾਟੀਐ ਜਿਹੜੀ ਜੀ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਜੀਵ ਦੁਨੀਆਂ ਦੇ ਚੰਬੇਲੇ ਆਦੀਆਂ ਗੱਲਾਂ ਆਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਾਰੇ ਵੇਲੇ ਕੱਟੀ ਜਾ ਰਹੀ ਹੈ ਹਰੇ ਹਾਂ ਜਬ ਬਿਸਰਿਆ ਗੋਬਿੰਦ ਰਾਏ ਦਿਨੋ ਦਿਨ ਕੱਟੀ ਐ हे ਸਹੇਲਿਏ ਜਦੋ ਪ੍ਰਭੂ ਪਾਸ਼ਾ ਦੀ ਯਾਦ ਪੋਲ ਜਾਏ ਤਦੋ ਦਿਨੋ ਦਿਨ ਆਤਮਕ ਜੀਵਨ ਬਲ ਲੋਕਮਜ਼ੋਰ ਹੁੰਦੇ ਜਾਂਦਾ ਹੈ ਸੋ हे ਸਹੇਲਿਏ ਸਾਥ ਸੰਗਤ ਵਿੱਚ ਪ੍ਰਭੂ ਦੀ ਸਿਰਸਲਾ ਸੁਣਦੇ ਰਹਿਣਾ ਜੀਵ ਨਾਲ ਨਾਮ ਚਪਦੇ ਰਹਿਣਾ ਇਹੀ ਹੈ ਜਤਨ ਉਸ ਨੂੰ ਲਾਭ ਸਕਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ